ਸਵਾਗਤ ਹੈ ਜੀਨ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੇ ਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਪੰਜਾਬ ਵਿੱਚ ਨਿੱਜੀ ਵਾਹਨਾਂ ਦੀ ਟਰਾਂਸਫਰ ਲਈ ਐਨਓਸੀ ਦੀ ਜ਼ਰੂਰਤ ਨਹੀਂ ਰਹੀ ਅਸਲਤਾਨਾ ਵਾਹਨ ਦੀ ਵਿਕਰੀ ਆਦ ਮੌਕੇ ਪੰਜਾਬ ਵੈਚ ਰਜਿਸਟਰ ਕਿਸੇ ਵੀ ਨਿਜੀ ਬਹਾਂ ਦੀ ਸੂਬੇ ਵਿਚਲੀ ਹੀ ਕਿਸੇ ਹੋਰ ਰਜਿਸਟ੍ਰੇਸਿੰਗ ਅਥਾਰਟੀ ਕੋਲ ਟ੍ਰਾਂਸਫਰ ਮੌਕੇ ਹੋਣਾ ਦਰਖਾਸਤਕਰਤਾ ਨੂੰ ਅਸਲ ਰਜਿਸਟ੍ਰੇਸਿੰਗ ਅਥਾਰਟੀ ਕੋਲ ਐਨਓਸੀ ਲੈਣ ਲਈ ਜਾਣ ਦੀ ਜ਼ਰੂਰਤ ਨਹੀਂ ਹੈ ਅਜਿਹੇ ਮਾਮਲੇ ਵਿੱਚ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਐਨਓਸੀ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਹੁਣ ਸਾਰੀ ਪ੍ਰਕਿਰਿਆ ਇੱਕ ਆਨਲਾਈਨ ਪਰਨਾਲੀ ਵਾਹਨ 4.0 ਰਾਹੀਂ ਕੀਤੀ ਜਾ ਰਹੀ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ ਫੀਸ ਆਰ ਫਿਟਨੈਸ ਅਥਾਰਟੀ ਰਜਿਸਟ੍ਰੇਸ਼ਨ ਦਾ ਕੋਲ ਉਪਲਬਧ ਹੋਵੇਗੀ ਤੇ ਇਸ ਲਈ ਹੁਣ ਪੰਜਾਬ ਵਿੱਚ ਰਜਿਸਟਰ ਗੈਰ ਟ੍ਰਾਂਸਪੋਰਟ ਨਿੱਜੀ ਵਾਹਨਾਂ ਦੇ ਤਬਾਦਲੇ ਲਈ ਵਾਹਨ ਮਾਲਕਾਂ ਨੂੰ ਐਨਓਸੀ ਲੈਣ ਲਈ ਸਬੰਧਤ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਅਗਲੀ ਖਬਰ ਆ ਰਹੀ ਜੀ ਮਾਲਗੜ ਡੰਗਨ ਦੀ ਆਵਾਜ ਲਈ ਸਾਰੀਆਂ ਰੇਲਵੇ ਲਾਈਨਾਂ ਹੋਈਆਂ ਖਾਲੀ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਜ਼ੋਰ ਦੇਣ ਤੇ ਸਾਰੀਆਂ ਕਿਸਾਨ ਜੁਨੀਅਨਾਂ ਨੇ ਸਾਰੀਆਂ ਰੇਲਵੇ ਲਾਈਨਾਂ ਨੂੰ ਖਾਲੀ ਕਰ ਦਿੱਤਾ ਹੈ ਤਾਂ ਜੋ ਪੰਜਾਬ ਭਾਰ ਵਿੱਚ ਮਾਲ ਗੱਡੀਆਂ ਦੀ ਢੁਆ ਢਵਾਈ ਨਿਰਬਿਗਨ ਰੂਪ ਵਿੱਚ ਬਹਾਲ ਕੀਤੀ ਜਾ ਸਕੇ ਤੇ ਇਸ ਸਬੰਧ ਵਿੱਚ ਕਿਸਾਨਾਂ ਵੱਲੋਂ ਮੁਜਾਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਤਾਂ ਜੋ ਮਾਲ ਗੱਡੀਆਂ ਨੂੰ ਸੰਚਾਰੂ ਟੰਗ ਨਾਲ ਚੱਲ ਸਕਣ ਤੇ ਇਹ ਜਾਣਕਾਰੀ ਦਿੰਦਿਆਂ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਰਾਜ ਅੰਦਰ ਰੇਲ ਗੱਡੀਆਂ ਦੀ ਨਿਰਵਿਘਨ ਆਵਾਜ ਲਈ ਹੁਣ ਸਾਰੇ ਪੰਜਾਬ ਰਾਜ ਵਿੱਚ ਰੇਲਵੇ ਟ੍ਰੈਕ ਇਸ ਸਮੇਂ ਬਿਲਕੁਲ ਖਾਲੀ ਕਰ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਵਿਖੇ ਸਿਰਫ ਇੱਕ ਰੇਲਵੇ ਪਲੇਟਫਾਰਮ ਤੇ ਕਿਸਾਨ ਯੂਨੀਅਨ ਦੇ ਕਰਮਚਾਰੀ ਮੌਜੂਦ ਹਨ ਤੇ ਇਸ ਲਈ ਆਈਜੀ ਬਾਰਡਰ ਰੇਂਜ ਅਤੇ ਐਸਐਸਪੀ ਅੰਮ੍ਰਿਤਸਰ ਐਸ ਸਮੇ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਰੇਲਵੇ ਪਲੇਟਫਾਰਮ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੀ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਕੈਪਟਨ ਦੇ ਪੁੱਤਰ ਰਣਿੰਦਰ ਸਿੰਘ ਜਾਣੋ ਕਿਉਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਿਰਿੰਦਰ ਸਿੰਘ ਦੇ بیٹے ਰਣਿੰਦਰ ਸਿੰਘ ਨੂੰ ਜਲੰਧਰ ਦੇ ਈਡੀ ਦਫ਼ਤਰ ਵਿੱਚ ਪੇਸ਼ ਹੋਣਾ ਸੀ ਪਰ ਰਣਿੰਦਰ ਸਿੰਘ ਦੇ ਵਕੀਲ ਜੈਵੀਰ ਸ਼ਿਰਗੱਲ ਨੇ ਦੱਸਿਆ ਹੈ ਕਿ ਆਪਣੇ ਸਿਹਤ ਕਾਰਨਾਂ ਦੇ ਚੱਲਦਿਆਂ ਉਹ ਅੱਜ ਵੀ ਦਫ਼ਤਰ ਵਿੱਚ ਪੇਸ਼ ਨਹੀਂ ਹੋ ਪਾਉਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਕਿ ਅਸਤੀਫੇ ਨਾਲ ਮਸਲੇ ਹੱਲ ਨਹੀਂ ਹੋਣੇ ਸਿੱਧੂ ਨੇ ਮੜ ਆਪਣੀ ਸਰਕਾਰ ਤੇ ਚੁੱਕੇ ਸਵਾਲ ਪਿਛਲੇ ਕਾਫੀ ਸਮੇਂ ਤੋਂ মিডিਆ ਅਤੇ ਕਿਸੇ ਵੀ ਹੋਰ ਸਿਆਸੀ ਪਲੇਟਫਾਰਮ ਤੋਂ ਲਾਂਬੇ ਚੱਲ ਰਹੇ ਨਵਜੋਤ ਸਿੱਧੂ ਹੁਣ ਫਿਰ ਤੋਂ ਕਿਸਾਨਾਂ ਦੇ ਮੁੱਦੇ ਤੇ ਸਰਗਰਮ ਹੋ ਗਏ ਹਨ ਤੇ ਜਿਸ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਰੈਲੀ ਕੀਤੀ ਗਈ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਗੇ ਖੇਤੀ ਕਾਨੂੰਨਾਂ ਬਾਰੇ ਤੇ ਕੇਂਦਰ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ ਤੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਇੱਕਦਮ ਬਾਧੇ ਪਰਾਲੀ ਸਾੜਨ ਉਤੇ ਮੋਟਾ ਜੁਰਮਾਨਾ ਤੇ ਸਜ਼ਾ ਦਾ ਪ੍ਰਬੰਧ ਕਰਨਾ ਕਿਸਾਨਾਂ ਨੂੰ ਪ੍ਰਤੀ ਸੋਚ ਨੂੰ ਉਹਨਾਂ ਦੇ ਨੂੰ ਬਿਆਨ ਕਰਦਾ ਹੈ ਤੇ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਹਮਲਾ ਕੀਤਾ ਹੈ ਤੇ ਦੂਜੇ ਪਾਸੇ ਆਪਣੀ ਹੀ ਸਰਕਾਰ ਉਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ ਤੇ ਸਿੱਧੂ ਨੇ ਅਸਿੱਧੇ ਸ਼ਬਦਾਂ ਵਿੱਚ ਕੈਪਟਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅਸਤੀਫੇ ਨਾਲ ਮਸਲੇ ਹੱਲ ਨਹੀਂ ਹੋਣੇ ਅਸਤੀਫਿਆਂ ਤੋਂ ਬਾਅਦ ਬੀਏ ਮਸਲਾ ਉੱਥੇ ਹੀ ਖੜਾ ਰਹੇ ਤੇ ਇਸ ਦਾ ਕੋਈ ਪੱਕਾ ਹੱਲ ਲੱਭਣਾ ਪਵੇਗਾ ਸਿੱਧੂ ਨੇ ਕਹਿ ਕੇ ਕੇਂਦਰ ਸਰਕਾਰ ਖੇਤੀ ਸੁਧਾਰ ਕਾਨੂੰਨ ਲਾਗੂ ਕਰਕੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ ਤੇ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਇਸ ਔਕੜ ਚੋਂ ਕੱਢਣ ਦਾ ਹੱਲ ਪੰਜਾਬ ਸਰਕਾਰ ਹੋਲੇ ਤੇ ਪੰਜਾਬ ਆਪਣੇ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ ਉਸ ਤੋਂ ਬਾਅਦ ਅਗਲੀ ਕਬੱਡੀ ਖਬਰ ਆ ਰਹੀ ਜੇ ਦਿੱਲੀ ਸਰਕਾਰ ਨੇ 3 ਨਵੰਬਰ ਤੱਕ ਲਗਾਈ ਪਟਾਕਿਆਂ ਤੇ ਪਾਬੰਦੀ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਕੁਆਲਿਟੀ ਦੀ ਵਿਗੜ ਰਹੀ ਸਥਿਤੀ ਕਾਰਨ ਰਾਜਾਂ ਵਿੱਚ ਪਟਾਕਿਆਂ ਦੀ ਵਿਕਰੀ ਉੱਤੇ ਰੋਕ ਲਗਾਈ ਜਾ ਰਹੀ ਅਤੇ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਫੈਸਲੇ ਤੋਂ ਇੱਕ ਦਿਨ ਬਾਅਦ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਹੁਣ ਇਹ ਪ੍ਰਭਾਵਸ਼ਾਲੀ ਹੁਕਮ ਹੋ ਗਏ ਹਨ ਤੇ ਸਰਕਾਰ ਵੱਲੋਂ 9 ਨਵੰਬਰ ਨੂੰ ਇੱਕ ਮੀਟਿੰਗ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਆਦੇਸ਼ ਲਾਗੂ ਕਰਕੇ ਇੱਕ ਇੱਕ ਗਾਈਡਲਾਈਨਸ ਵੀ ਜਾਰੀ ਕੀਤੀ ਜਾਵੇਗੀ ਆਮ ਆਰਮੀ ਪਾਰਟੀ ਦੀ ਸਰਕਾਰ ਨੇ ਇਹ ਕਦਮ ਦਿੱਲੀ ਐਨਸੀਆਰ ਵਿੱਚ ਗੰਭੀਰ ਪ੍ਰਦੂਸ਼ਣ ਦੀ ਸਥਿਤੀ ਦੇ ਬਚਕਾਰ ਚੁੱਕਿਆ ਹੈ ਤੇ ਹੁਣ ਇਹ ਵੱਡਾ ਕਦਮ ਫੈਸਲਾ ਲਿਆ ਗਿਆ ਹੈ ਕਿ ਲਗਭਗ 3 ਨਵੰਬਰ ਤੱਕ ਹੁਣ ਪਟਾਕਿਆਂ ਦੇ ਵੇਚਣ ਅਤੇ ਖਰੀਦਣ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਜਾਰੀ ਰਹੇਗੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਘਰ ਦੀ ਚਾਰਦੀਵਾਰੀ ਅੰਦਰ ਐਸਸੀ ਐਸਟੀ ਤੇ ਅਪਮਾਨਜਨਕ ਟਿੱਪਣੀ ਨਹੀਂ ਹੈ ਕੋਈ ਗੁਨਾਹ ਸੁਪਰੀਮ ਕੋਰਟ ਸਿਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਦੇ ਘਰ ਦੀਆਂ ਸੀਮਾ ਦੇ ਅੰਦਰ ਕੋਈ ਗਵਾਹ ਨਾ ਹੋਣ ਤੇ ਕੀਤੀ ਗਈ ਅਪਮਾਨਜਨਕ ਟਿੱਪਣੀ ਕੋਈ ਗੁਨਾਹ ਨਹੀਂ ਹੈ ਤੇ ਅਦਾਲਤ ਅੰਦਰ ਐਸਸੀਐਸਟੀ ਕਾਨੂੰਨ ਤਹਿਤ ਲਗਾਏ ਗਏ ਦੋਸ਼ਾਂ ਨੂੰ ਵੀ ਇੱਕ ਆਦਮੀ ਵਿਰੁੱਧ ਰੱਦ ਕੀਤਾ ਜਿਸ ਨੇ ਘਰ ਦੇ ਅੰਦਰ ਇੱਕ ਔਰਤ ਨਾਲ ਕਥਿਤ ਤੌਰ ਤੇ ਸੂਚਨ ਕੀਤਾ ਸੀ ਤੇ ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਅਪਮਾਨ ਕਰਨਾ ਜਾਂ ਅਸ ਨੂੰ ਧਮਕਾਉਣਾ ਅਨਸੂਚਿਤ ਜਾਤੀ ਅਤੇ ਅਨਸੂਚਿਤ ਜਨ ਜਾਤੀ ਐਕਟ ਤਹਿਤ ਕੋਈ ਜੁਰਮ ਨਹੀਂ ਹੋਵੇਗਾ ਜ਼ਰੂਰਤਾਂ ਕਾ ਆਪਣੀ ਅਜੇ ਹੀ ਬੇਇਜ਼ਤੀ ਜਾਂ ਧਮਕੀ ਪੀੜਤ ਅਨਸੂਚਿਤ ਜਾਤੀ ਜਾਂ ਜਨ ਜਾਤੀ ਨਾਲ ਸੰਬੰਧਿਤ ਹੋਣ ਦਾ ਕਾਰਨ ਨਹੀਂ ਹੁੰਦੀ ਸੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੀ ਭਾਰਤ ਵਿੱਚ ਫਿਰ ਤੋਂ ਹੋ ਸਕਦੀ ਹੈ ਪਬਜੀ ਮੋਬਾਈਲ ਦੀ ਵਾਪਸੀ ਹਾਲ ਹੀ ਵਿੱਚ ਚੀਨੀ ਕੰਪਨੀ ਟੈਂਸੈਂਟ ਨੇ ਭਾਰਤ ਵਿੱਚ ਆਪਣੇ ਸਾਰੇ ਪਬਜੀ ਮੋਬਾਈਲ ਸਰਵਰ ਨੂ ਸ਼ਟਡਾਊਨ ਕੀਤਾ ਹੈ ਤੇ ਪਬਜੀ ਮੋਬਾਈਲ ਬੈਨ ਤਾਂ ਭਾਰਤ ਵਿੱਚ ਪਹਿਲਾਂ ਹੀ ਹੋ ਚੁੱਕੀ ਸੀ ਪਰ ਸਰਵਰ ਚੱਲ ਰਹੇ ਸਨ ਪਰ ਹੁਣ ਪੂਰੀ ਤਰ੍ਹਾਂ ਨਾਲ ਕੰਮ ਬੰਦ ਕਰ ਚੁੱਕਿਆ ਗਿਆ ਤੇ ਰਿਪੋਰਟ ਮੁਤਾਬਕ ਪਬਜੀ ਮੋਬਾਈਲ ਫਿਰ ਤੋਂ ਭਾਰਤ ਵਿੱਚ ਵਾਪਸੀ ਕਰ ਸਕਦਾ ਹੈ ਟੈਕ ਕਰੰਚ ਮੁਤਾਬਕ ਦੋ ਸੂਤਰਾਂ ਨੇ ਇਹ ਕਨਫਰਮ ਕੀਤਾ ਹੈ ਕਿ ਪਬਜੀ ਇੱਕ ਵਾਰ ਫਿਰ ਤੋਂ ਭਾਰਤ ਵਿੱਚ ਵਾਪਸੀ ਕਰਨ ਨੂੰ ਤਿਆਰ ਹੈ ਤੇ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਬਜੀ ਮੋਬਾਈਲ ਦੀ ਪੇਰੈਂਟ ਸਾਊਥ ਕੋਰੀਅਨ ਕੰਪਨੀ ਪਿਛਲੇ ਕੁਝ ਹਫ਼ਤਿਆਂ ਤੋਂ ਗਲੋਬਲ ਕਲਾਊਡ ਸਰਵਰ ਪ੍ਰੋਵਾਈਡਰਸ ਨਾਲ ਗੱਲਬਾਤ ਕਰੀ ਅਤੇ ਭਾਰਤ ਵਿੱਚ ਯੂਜ਼ਰ ਲੋਕਲੀ ਸਟੋਰ ਕਰਨ ਨੂੰ ਲੈ ਕੇ ਸਾਊਥ ਕੋਰੀਅਨ ਕੰਪਨੀ ਕਲਾਊਡ ਪ੍ਰੋਵਾਈਡਰਸ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਦੇ ਲਈ ਕਿਸ ਕੰਪਨੀ ਨਾਲ ਕਰਾਰ ਕੀਤਾ ਜਾਵੇਗਾ ਰਿਪੋਰਟ ਮੁਤਾਬਕ ਇਸ ਗੇਮਿੰਗ ਕੰਪਨੀ ਨੇ ਭਾਰਤ ਵਿੱਚ ਹਾਈ ਪ੍ਰੋਫਾਈਲ ਸਟ੍ਰੀਮਿੰਗ ਨੂੰ ਤਿਆਰ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੇ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਤੱਕ ਪਬਜੀ ਮੋਬਾਈਲ ਦੇ ਵਾਪਸੀ ਆਉਣ ਦੀ ਉਮੀਦ ਹੈ ਜਿਤਾ ਰਹੇ ਹਨ ਸੋ ਅਗਲੀ ਵੱਡੀ ਖਬਰ ਆ ਰਹੀ ਜੇ ਬਾਦ ਦੀ ਮਹਿੰਗਾਈ ਦੇ ਵਿਚਕਾਰ ਹੁਣ ਰਾਸ਼ਨ ਕਾਰਡ ਤੇ ਮਿਲਿਆ ਕਰੇਗਾ ਪਿਆਜ਼ ਮਹਿੰਗਾਈ ਅੱਜ ਕੱਲ ਸਿਖਰਾਂ ਤੇ ਪਹੁੰਚ ਗਈ ਹੈ ਖਾਸ ਕਰਕੇ ਪਿਆਜ਼ ਅਤੇ ਟਮਾਟਰ ਲੋਕਾਂ ਤੇ ਕਾਫੀ ਭਾਰੀ ਪੈ ਰਹੇ ਹਨ ਤੇ ਪਿਆਜ਼ ਦੀ ਕੀਮਤ ਅਚਾਨਕ ਹੋਏ ਵਾਧੇ ਕਾਰਨ ਰਾਜ ਵਿੱਚ ਲਗਭਗ 80 ਤੋਂ 90 ਰੁਪਏ ਪ੍ਰਤੀ ਕਿਲੋ ਵੈਗਰੇਨ ਤੇ ਹੁਣ ਪਿਆਜ਼ ਦੀਆਂ ਵਧੀਆਂ ਕੀਮਤਾਂ ਦੇ ਵਿਚਕਾਰ ਗੋਆ ਸਰਕਾਰ ਨੇ ਇੱਕ ਵੱਡਾ ਫੈਸਲਾ ਲੈ ਕੇ ਗੁਆ ਸਰਕਾਰ ਨੇ 1045 ਮੀਟਰ ਕਟਣ ਪਿਆਜ਼ ਖਰੀਦ ਕੇ 3.5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਘੱਟ ਕੀਮਤ ਤੇ ਉਪਲਬਧ ਕਰਵਾਏ ਕਿਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਨੇ ਨਾਇਕ ਨੇ ਕਿਹਾ ਹੈ ਕਿ ਸਰਕਾਰ ਦੇ ਇਹ ਆਦੇਸ਼ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਾਇਕੀ ਸਹਿਕਾਰੀ ਮਾਰਕੀਟਿੰਗ ਐਸੋਸੀਏਸ਼ਨ 나ਸਿਕ ਨੂੰ ਦਿੱਤਾ ਹੈ ਤੇ ਹੁਣ ਇਹ ਕੀਮਤ ਘੱਟ ਤੇ ਜਿਹੜਾ ਕਿ ਰਾਸ਼ਨ ਕਾਰਡ ਲਗਭਗ 3.5 ਲੱਖ ਪਰਿਵਾਰਾਂ ਨੂੰ ਮੁਹੱਈਆ ਕਰਵਾਏ ਜਾਣਗੇ ਸੋ ਅਗਲੀ ਵੱਡੀ ਖਬਰ ਆ ਰਹੀ ਜੇ ਸੋਨੇ ਦੀ ਕੀਮਤ ਦੇ ਨਾਲ ਨਾਲ ਇਸ ਦੀ ਮੰਗ ਵਿੱਚ ਗਿਰਾਵਟ ਜਾਣੂ ਕਿੱਥੇ ਪਹੁੰਚੀਆਂ ਕੀਮਤਾਂ ਵਾਈਟ ਹਾਊਸ ਦੀ ਧੋੜ ਵਿੱਚ ਜੋ ਬਾਈਡਨ ਦੇ ਅੱਗੇ ਹੋਣ ਦੇ ਨਾਲ ਗਲੋਬਲ ਬਾਜ਼ਾਰ ਵਿੱਚ ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਮਿਲਿਆ ਜੁਲਿਆ ਰੁਖ ਵੇਖਣ ਨੂੰ ਮਿਲਿਆ ਤੇ ਬਾਈਡਨ ਨਿਰਣਾਇਕ ਰਾਜਾਂ ਵਿੱਚ ਸਭ ਤੋਂ ਅੱਗੇ ਹਾਲਾਂਕਿ 트੍ਰੰਪ ਦੀਆਂ ਇਨ੍ਹਾਂ ਰਾਜਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਵਾਲੀਆਂ ਰਿਪੋਰਟਾਂ ਦੇ ਵਿੱਚਕਾਰ ਸੁਣੀਆਂ ਕੀਮਤਾਂ ਵਿੱਚ ਥੋੜੀ ਨਮੀ ਆਈ ਹੈ ਤੇ ਦੱਸਦੇ ਆ ਕਿ ਲਗਭਗ 191 ਰੁਪਏ ਦੀ ਗ੍ਰਾਫਟ ਨਾਲ 51864 ਰੁਪਏ ਪ੍ਰਤੀ 10 ਗ੍ਰਾਮ ਤੇ ਰਹੀ ਜਾਂਦ ਕੇ ਚਾਂਦੀ 197 ਰੁਪਏ ਦੇ ਬਾਧੇ ਨਾਲ 64450 ਰੁਪਏ ਤੇ ਬੰਦ ਹੋਈ ਹੈ ਤੇ ਇਹ ਸਨ ਦੋਸਤੋ ਅੱਜ ਦੀਆਂ ਪੰਜਾਬ ਭੱਤ ਦੀਆਂ ਤਾਇਤਰੀ ਨੂੰ ਵੱਡੀਆਂ ਖਬਰਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਵੱਡੀਆਂ ਖਬਰਾਂ ਦੀ ਜਾਣਕਾਰੀ ਹਰੇਕ ਪੰਜਾਬ ਵਾਸੀ ਤੱਕ ਜਰੂਰ ਪਹੁੰਚ ਸਕੇ ਧੰਨਵਾਦ